नमस्कार खबर बुलेटिन स्वागत है मैं हरप्रीत कौर पहला पेश ने प्रधानमंत्री नरेंद्र मोदी ने आर्टिफिशियल इंटेलिजेंस बारे सिखर सम्मेलन भी सौ भी उद्घाटन किया उद्घाटनी भाषण दौरान प्रधानमंत्री ने कहा कि उन्होंने टीचा भारत को आर्टिफिशियल इंटैलीजेंस का हाउस बनाना है लोन मोरेटोरियम मामले में सुप्रीम कोर्ट ने अगली सुनवाई तेरह अक्टूबर से ते पाई ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਸੁਧਾਰ ਬਿੱਲ ਲਿਆਂਦੇ ਗਏ। ਹਵਾਈ ਸੈਨਾ ਦੇ ਮੁਖੀ 에ਅਰ ਚੀਫ ਮਾਰਸ਼ਲ ਆਰ ਕੇ ਐਸ ਪਦੋਰੀਆ ਨੇ ਕਿਹਾ ਕਿ ਭਾਰਤ ਨੇ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਪੂਰਬੀ ਲੱਦਾਖ ਵਿੱਚ ਚੀਨ ਦੇ ਨਾਲ ਲੱਗਦੀ ਸਰਹੱਦ ਤੇ ਮਹੱਤਵਪੂਰਨ ਖੇਤਰਾ ਵਿੱਚ ਭਾਰੀ ਤਾਇਨਾਤੀਆਂ ਕੀਤੀਆਂ ਨੇ ਅਤੇ ਭਾਰਤ ਬਹੁਤ ਵਧੀਆ ਸਥਿਤੀ ਵਿੱਚ ਹੈ। ਜੰਮੂ ਕਸ਼ਮੀਰ ਦੇ ਪਲਵਾਮਾ ਜ਼ਿਲ੍ਹੇ ਦੇ ਪੰਪੋਰ ਇਲਾਕੇ ਵਿੱਚ ਅਤਵਾਦੀਆਂ ਵੱਲੋਂ CRPF ਦੀ ਇੱਕ ਪਾਰਟੀ ਤੇ ਕੀਤੇ ਗਏ ਹਮਲੇ ਦੌਰਾਨ ਦੋ ਜਵਾਨ ਸ਼ਹੀਦ ਤੇ ਤਿੰਨ ਹੋਰ ਜ਼ਖਮੀ ਭਾਰਤ ਵਿੱਚ ਕੋਵਿਡ ਤੋਂ ਠੀਕ ਹੋਣ ਵਾਲਿਆਂ ਦੀ ਦਰ 84.34% ਹੋਈ ਠੀਕ ਹੋਣ ਵਾਲਿਆਂ ਦੀ ਗਿਣਤੀ 55 ਲੱਖ ਦੇ ਨੇੜੇ ਪਹੁੰਚੀ ਮੌਤ ਦਰ ਵੀ ਘਟ ਕੇ 1.5% ਤੇ ਆਈ ਦੇਸ਼ ਵਿੱਚ ਕਰੋਨਾ ਟੈਸਟਾਂ ਦੀ ਗਿਣਤੀ 8 ਕਰੋੜ ਨੇੜੇ ਪਹੁੰਚੀ DD News ਵੱਲੋਂ ਅੱਜ ਤੋਂ ਕੋਵਿਡ-19 ਤੋਂ ਬਚਾ ਲਈ 마ਸਕ અપ ਇੰਡੀਆ ਮੁਹਿੰਮ ਸ਼ੁਰੂ ਕੀਤੀ ਗਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹਨਾਂ ਦਾ ਟੀਚਾ ਭਾਰਤ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਪਾਵਰ ਹਾਊਸ ਬਣਾਣਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਸਿਖਰ ਸੰਮੇਲਨ 2020 ਦੇ ਉਦਗਾਟਨੀ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ। ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਖੇਤੀ ਅਤੇ ਸਿਹਤ ਸਹੂਲਤਾਂ ਸਮੇਤ ਹੋਰ ਖੇਤਰਾਂ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਤਕਨੀਕ ਨੇ ਕਨੈਕਟੀਵਿਟੀ ਵਧਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਦੇਸ਼ ਦੇ ਸਾਰੇ ਪਿੰਡਾਂ ਨੂੰ ਇੰਟਰਨੈਟ ਸਹੂਲਤਾਂ ਦੇਣਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਇਜ਼ ਅ ਟ੍ਰਿਬਿਊਟ ਟੂ ਹਿਊਮਨ ਇੰਟੈਲੈਕਚੁਅਲ ਪਾਵਰ। ਦ ਪਾਵਰ ਟੂ ਥਿੰਕ ਐਨੇਬਲਸ humans to make tools and technologies today the tools and technologies have also acquired the power to learn and think in this one key emerging technology is ai the teamwork of ai with humans can do wonders for our planet loan moratorium mamle vich supreme court ne agli sunwai 13 october te pa ditti hai sarvoch adalat ne aaj keha ki byaj te byaj mafi nu leke kendra valo daakil kita gaya halafnama tasalli baksh nahi hai hun adalat ne kendra sarkar te bhartiya reserve bank nu naye sire ton halafnama daakil karan layi aakhya hai pehla daakil kite gaye halafname vich kendra sarkar ne 2 ਕਰੋੜ ਰੁਪਏ ਤੱਕ ਦੇ ਲੋਨ ਤੇ ਵਿਆਜ ਉੱਤੇ ਵਿਆਜ ਮਾਫ ਕਰਨ ਨੂੰ ਕਿਹਾ ਸੀ ਇਸ ਦਾ ਬੋਝ ਖੁਦ ਕੇਂਦਰ ਸਰਕਾਰ ਉਠਾਵੇਗੀ ਜੋ ਅਨੁਮਾਨਿਤ ਤੌਰ ਤੇ 5000 ਤੋਂ 7000 ਕਰੋੜ ਰੁਪਏ ਹੋਵੇਗਾ ਸੁਪਰੀਮ ਕੋਰਟ ਦੇ ਜਸਟਿਸ ਅਸ਼ੋਕ ਪੂਸ਼ਨ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਹਲਫਨਾਮੇ ਵਿੱਚ 7 ਸਤੰਬਰ ਦੀ ਕਾਮਤ ਕਮੇਟੀ ਦੀ ਰਿਪੋਰਟ ਅਨੁਸਾਰ ਵਿਸ਼ੇਸ਼ ਖੇਤਰ ਦੇ ਉਪਾਵਾਂ ਸਬੰਧੀ ਕੁਝ ਵੀ ਨਹੀਂ ਹੈ ਅਤੇ ਕੇਂਦਰ ਨੇ ਆਪਣੇ ਨੀਤੀਗਤ ਫੈਸਲਿਆਂ ਨੂੰ ਲਾਗੂ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਬੈਂਚ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਵੱਖ-ਵੱਖ ਪਟੀਸ਼ਨਰਾਂ ਵੱਲੋਂ ਉਠਾਏ ਗਏ ਕਈ ਮੁੱਦਿਆਂ ਨਾਲ ਹਲਫਨਾਮਾ ਨਿਆਇਕ ਨਹੀਂ ਹੈ ਵਾਤਾਵਰਣ ਜੰਗਲਾਤ ਅਤੇ ਪੌਣਪਾਣੀ ਤਬਦੀਲੀ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੀੜਕਰ ਨੇ ਕਿਹਾ ਕਿ ਦੇਸ਼ ਵਿੱਚ ਚਿੜੀਆ ਘਰਾਂ ਵਿੱਚ ਸੁਧਾਰ ਲਈ ਵਿ ਸਥਾਰਿਤ ਯੋਜਨਾ ਤਿਆਰ ਕੀਤੀ ਜਾਵੇਗੀ ਜੰਗਲੀ ਜੀਵ ਸਪਤਾ ਮੌਕੇ ਬੱਚਿਆਂ ਨਾਲ ਵਰਚੁਅਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਚਿੜੀਆ ਘਰ ਦੇਖਣ ਲਈ ਆਉਣ ਵਾਲੇ ਲੋਕਾਂ ਦੇ ਵਧੀਆ ਤਜਰਬੇ ਲਈ ਸੁਧਾਰ ਕੀਤੇ ਜਾਣਗੇ ਅਤੇ ਇਸ ਵਾਸਤੇ ਬਜਟ ਵੀ ਵਧਾਇਆ ਜਾਵੇਗਾ ਵਰਚੁਅਲ ਕਾਨਫਰੰਸ ਦੌਰਾਨ ਪ੍ਰਕਾਸ਼ ਜਾਵੜੇਕਰ ਨੇ ਜਾਨਵਰਾਂ ਪ੍ਰਤੀ ਦਇਆਪਾਵ ਰੱਖਣ ਵਾਲੀ ਜੀਵ ਜੰਤੂ ਪ੍ਰੇਮੀਆਂ ਨੂੰ ਸਨਮਾਨ ਪ੍ਰਾਪਤ ਕਰਨ ਤੇ ਵਧਾਈ ਦਿੱਤੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਦਿੱਲੀ ਵਿੱਚ ਰਾਸ਼ਟਰੀ ਚਿੜੀਆ ਘਰ ਦੀ ਪ੍ਰਸਥਿਤੀ ਤੇ ਤੰਤਰ ਦੇ ਆਰਥਿਕ ਮੁਲਾਂਕਣ ਤੋਂ ਪਤਾ ਚੱਲਿਆ ਕਿ ਜਿੰਨਾ ਅਸੀਂ ਕੁਦਰਤ 'ਤੇ ਖਰਚ ਕਰਦੇ ਹਾਂ ਕੁਦਰਤ ਉਸ ਤੋਂ ਵੀ ਵੱਧ ਸੰਨੂ ਵਾਪਸ ਕਰਦੀ ਹੈ। ਉਨ੍ਹਾਂ ਕਹੇ ਕਿ ਸਰਕਾਰ ਦੇਸ਼ ਵਿੱਚ ਹੋਰ ਵਦੇਰੇ ਚਿੜੀਆ ਘਰ ਬਣਾਉਣ ਲਈ ਵਚਨਬੱਧ ਹੈ। ਇਸ ਦੇ ਇਲਾਵਾ ਵਣ ਜੀਵਾਂ ਦੇ ਬਚਾ ਲਈ ਜਨਤਾ ਦੀ ਸ਼ਮੂਲੀਅਤ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਹੇ ਕਿ ਚਿੜੀਆ ਘਰਾਂ ਦਾ ਵਿਕਾਸ ਵਣ ਜੀਵਾਂ ਅਤੇ ਮਨੁੱਖ ਵਿਚਾਲੇ ਤਾਲਮੇਲ ਨੂੰ ਯਕੀਨੀ ਬਣਾ ਸਕਦਾ ਹੈ। ਪ੍ਰਾਣੀ ਸੰਗ੍ਰਹਿਾਲੇ ਨੇ ਚਿੜੀਆ ਘਰੋਮੇਂ ਸੁਧਾਰ ਕਰਨ ਦੇ ਲਈ हम एक योजना तैयार करेंगे और उसको आवश्यक उतना बजट देंगे ताकि लोगों का एक्सपीरियंस प्राणी संग्रहालय में चिड़ियाघर में जाने का एक्सपीरियंस अच्छा हो और एक महीने के अंदर उसकी योजना खाका तैयार करेंगे अगली बजट में उसकी योजना घोषित होगी ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਸੁਧਾਰ ਬਿੱਲ ਲਿਆਂਦੇ ਗਏ। ਅੱਜ ਗਾਂਧੀ ਨਗਰ ਵਿੱਚ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਪਹਿਲਾਂ ਕਿਸਾਨ ਲਾਇਸੈਂਸ ਪ੍ਰਾਪਤ ਵਪਾਰੀਆਂ ਨੂੰ ਫਸਲ ਵੇਚਣ ਲਈ ਮਜਬੂਰ ਸਨ ਪਰ ਹੁਣ ਉਹ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਮਨਮਰਜ਼ੀ ਦੇ ਰੇਟ ਤੇ ਫਸਲ ਵੇਚ ਸਕਣਗੇ। ਉਨਾ ਕਿ ਆ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਏ ਕਿ ਕਿਸਾਨ ਆਜ਼ਾਦ ਹੋਏ ਨੇ। ਉਨ੍ਹਾਂ ਇਲਜ਼ਾਮ ਲਗਾਇਆ ਕਿ ਕਾਂਗਰਸ ਪਾਰਟੀ ਕਿਸਾਨਾਂ ਦੀ ਹਿਤੈਸ਼ੀ ਨਹੀਂ ਹੈ ਅਤੇ ਉਹ ਆਪਣੇ ਸਿਆਸੀ ਮੰਤਵ ਲਈ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ। ਸਮ੍ਰਿਤੀ ইরਾਨੀ ਨੇ ਕਿਹਾ ਕਿ ਪ੍ਰਤੀਸ਼ੀਲ ਰਾਸ਼ਟਰ ਵਿੱਚ ਕਿਸਾਨਾਂ ਨੂੰ ਵੀ ਤਰੱਕੀ ਦੇ ਰਾਹ ਤੇ ਚੱਲਣ ਦਾ ਹੱਕ ਹੈ। ਕਿਸਾਨ ਕੋ ਬਿਚੋਲਿਓਂ ਸੇ ਆਜ਼ਾਦ ਹੋਤੇ ਦੇਖ ਕਾਂਗਰਸ ਦਾ ਨੇਤ੍ਰਿਤਵ ਤੇ ਮਿਲauft क्योंकि वर्षो वर्ष किसान को बिचौलियों के समूह राजनीति चलती आई है देश के नागरिक भली जानते हैं कि कांग्रेस के जिस प्रमुख परिवार के प्रमुख सदस्य ने जीवन भर किसानों की जमीन लूटी हुई वो परिवार क्यों देश के किसान की, की जमीन सुरक्षित रहे ਹਵਾਈ ਸੈਨਾ ਦੇ ਮੁਖੀ 에어 ਚੀਫ ਮਾਰਸ਼ਲ ਆਰ ਕੇ ਐਸ ਪਦੋਰੀਆ ਨੇ ਕਿਹਾ ਹੈ ਕਿ ਭਾਰਤ ਨੇ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਪੂਰਬੀ ਲੱਦਾਖ ਵਿੱਚ ਚੀਨ ਦੇ ਨਾਲ ਲੱਗਦੀ ਸਰਹੱਦ ਦੇ ਮਹੱਤਵਪੂਰਨ ਖੇਤਰਾਂ ਵਿੱਚ ਪਾਰੀ ਤਣਾਤਿਆ ਕੀਤੀਆਂ ਨੇ ਅਤੇ ਭਾਰਤ ਬਹੁਤ ਵਧੀਆ ਸਥਿਤੀ ਵਿੱਚ ਹੈ ਹਵਾਈ ਸੈਨਾ ਦਿਵਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਕਿਹਾ ਕਿ ਚੀਨ ਦੀ ਹਵਾਈ ਤਾਕਤ ਭਾਰਤ ਦੀ ਸਮਰੱਥਾ ਤੋਂ ਬਿਹਤਰ ਨਹੀਂ ਹੋ ਸਕਦੀ ਪਰ ਫਿਰ ਵੀ ਵਿਰੋਧੀ ਨੂੰ ਘੱਟ ਸਮਝਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹਵਾਈ ਸੈਨਾ ਮੁਖੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਲੋੜ ਪੈਂਦੇ ਉੱਤਰੀ ਅਤੇ ਪੱਛਮੀ ਸਰਹੱਦਾਂ ਦੇ ਨਾਲ ਤੇ ਇੱਕੋ ਸਮੇਂ ਜੰਗ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਉਹਨਾਂ ਦੇਸ਼ ਵਾਸੀਆਂ ਨੂੰ ਪ੍ਰੋਸਾ ਦਵਾਇਆ ਕਿ ਹਵਾਈ ਸੈਨਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸੀਮਾ ਤੇ ਪਾਰੀ ਤਣਾਤੀ ਕੀਤੀ ਗਈ ਹੈ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿੱਚ ਸਰਹੱਦ ਨੂੰ ਲੈ ਕੇ ਮਤਭੇਦ ਅਤੇ ਸੰਘਰਸ਼ ਪਿਛਲੇ 5 ਮਹੀਨਿਆਂ ਤੋਂ ਵੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਸ ਕਾਰਨ ਦੋਹਾਂ ਮੁਲਕਾਂ ਦੇ ਸਬੰਧ ਵੀ ਖਰਾਬ ਹੋਏ ਨੇ ਇਸ ਦੌਰਾਨ ਦੋਵੇਂ ਧਿਰਾਂ ਵੱਲੋਂ ਕੂਟਨੀਤਿਕ ਅਤੇ ਫੌਜੀ ਪੱਧਰ ਤੇ ਮੁੱਦੇ ਦੇ ਹੱਲ ਲਈ ਕਈ ਮੀਟਿੰਗਾਂ ਵੀ ਕੀਤੀਆਂ ਗਈਆਂ ਪਰ ਅਜੇ ਸੰਘਰਸ਼ ਦੀ ਸਥਿਤੀ ਨੂੰ ਖਤਮ ਕਰਨ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ 12 ਅਕਤੂਬਰ ਨੂੰ ਦੋਵੇਂ ਮੁਲਕਾਂ ਦੀਆਂ ਫੌਜਾਂ ਨਵੇਂਗੇੜ ਦੀ ਗੱਲਬਾਤ ਕਰਨਗੀਆਂ ਜਿਸ ਦੌਰਾਨ ਤਣਾਅ ਵਾਲੀਆਂ ਥਾਵਾਂ ਤੋਂ ਫੌਜਾਂ ਨੂੰ ਹਟਾਈ ਜਾਣ ਦੇ ਵਿਸ਼ੇਸ਼ ਏਜੰਡੇ ਤੇ ਚਰਚਾ ਕੀਤੀ ਜਾਵੇਗੀ The emerging threat scenario in our neighborhood and beyond mandates a need to have a robust capability To fight across the entire spectrum of warfare. We conduct bilateral and multilateral exercises with leading air forces of the world. Operationally, we are amongst the best. Our vision is to continue to scale up our combat capability and credibility as a force to reckon through modernization and operational training and substantially increase indigenous equipment to achieve self reliance. ਐਂਡ ਸਟ੍ਰੈਟੈਜੀ ਕਾਟੋਨਮੀ ਭਾਰਤੀ ਹਵਾਈ ਸੈਨਾ ਵੱਲੋਂ ਹਰ ਬਰੇ 8 ਅਕਤੂਬਰ ਨੂੰ 에ਅਰ ਫੋਰਸ ਡੇ ਮਨਾਇਆ ਜਾਂਦਾ ਹੈ ਇਸ ਦਿਨ ਹਵਾਈ ਸੈਨਾ ਦੀ ਜਾਂਬਾਜ਼ ਹਵਾਈ ਜਹਾਜ਼ਾਂ ਨਾਲ ਹੈਰਾਨ ਕਰਨ ਵਾਲੇ ਕਰਤੱਵ ਦਿਖਾਉਂਦੇ ਹੋਏ ਦੁਨੀਆ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਾਉਂਦੇ ਨੇ ਇਸ ਵਾਰ 에ਅਰਫੋਰਸ ਡੇ ਤੇ ਹੋਣ ਵਾਲੀ ਪ੍ਰੇਡ ਖਾਸ ਹੋਵੇਗੀ ਕਿਉਂਕਿ ਇਸ ਵਿੱਚ ਰਾਫੇਲ ਲੜਾਕੂ ਜਹਾਜ਼ ਵੀ ਸ਼ਾਮਿਲ ਕੀਤਾ ਜਾਵੇਗਾ ਜੋ ਪਿਛੇ ਜਏ ਭਾਰਤੀ ਹਵਾਈ ਸੈਨਾ ਦਾ ਹਿੱਸਾ ਬਣਿਆ ਸੀ ਭਾਰਤੀ ਹਵਾਈ ਸੈਨਾ ਅਨੁਸਾਰ ਪ੍ਰੇਡ ਵਿੱਚ 19 ਲੜਾਕੂ ਜਹਾਜ਼ 7 ਮਾਲਵਾਹਕ ਜਹਾਜ਼ ਤੇ 19 ਹੈਲੀਕਾਪਟਰਾਂ ਸਮੇਤ ਕੁੱਲ 56 에ਅਰਕ੍ਰਾਫਟ ਹਿੱਸਾ ਲੈਣਗੇ ਪ੍ਰੇਡ ਦੌਰਾਨ ਰਾਫੇਲ ਲੜਾਕੂ ਜਹਾਜ਼ ਜਗਵਾਰ ਦੇ ਨਾਲ ਵਿਜੇ ਉਡਾਨ ਭਰਨਗੇ ਇਸ ਦੇ ਇਲਾਵਾ ਸੁਖੋਈ ਤੇ ਤੇਜਸ ਦੇ ਨਾਲ ਟਰਾਂਸਫਾਰਮਰ ਉਡਾਨ ਭਰਨਗੇ ਪਾਰਤੀ ਹਵਾਈ ਸੈਨਾ ਵੱਲੋਂ ਇੱਕ ਟਵੀਟ ਵਿੱਚ ਕਿਹਾ ਗਿਆ ਹੈ ਕਿ 8 ਅਕਤੂਬਰ ਨੂੰ ਪਾਰਤੀ ਹਵਾਈ ਸੈਨਾ ਦਿਵਸ ਦੀ ਪ੍ਰੇਡ ਵਿੱਚ ਦੂਜੇ ਜਹਾਜ਼ਾਂ ਦੇ ਨਾਲ ਰਾਫੇਲ ਲੜਾਕੂ ਜਹਾਜ਼ ਵੀ ਹਿੱਸਾ ਬਣੇਗਾ। ਦੋਲੇ ਇੰਜਨ ਓਮਨੀ ਰੋਲ ਦੇ ਨਾਲ ਹਵਾਈ ਟੋਹੀ ਸਟੀਕਵਾਰ ਜਹਾਜ਼ ਰੋਕੂ ਤੇ ਪਰਮਾਣੂ ਸੰਪੰਨ ਹਥਿਆਰਾਂ ਨਾਲ ਲੈਸੇ। ਜ਼ਿਕਰਯੋਗ ਹੈ ਕਿ ਹਵਾਈ ਸੈਨਾ ਵਿੱਚ ਰਸਮੀ ਤੌਰ ਤੇ 10 ਸਤੰਬਰ ਨੂੰ 5 ਰਾਫੇਲ ਲੜਾਕੂ ਜਹਾਜ਼ ਸ਼ਾਮਿਲ ਕੀਤੇ ਗਏ ਸਨ ਜਿਸ ਨਾਲ ਦੇਸ਼ ਦੀ ਹਵਾਈ ਤਾਕਤ ਵਿੱਚ ਜ਼ਬਰਦਸਤ ਵਾਧਾ ਹੋਇਆ। ਵੌਮੰਤਵੀ ਰੋਲ ਵਿੱਚ ਕਾਮਯਾਬ ਰਾਫੇਲ ਜਹਾਜ਼ਾਨੋ ਸਟੀਕ ਹਮਲੇ ਤੇ ਵਾਯੂ ਖੇਤਰ ਵਿੱਚ ਦਬਦਬਾ ਕਾਇਮ ਕਰਨ ਲਈ ਮੰਨਿਆ ਜਾਂਦਾ ਹੈ। ਪੰਜ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ 29 ਜੁਲਾਈ ਨੂੰ ਫਰਾਂਸ ਤੋਂ ਭਾਰਤ ਆਈ ਸੀ। ਅਗਲੇ ਮਹੀਨੇ ਤੱਕ 4 ਤੋਂ 5 ਹੋਰ ਲੜਾਕੂ ਜਹਾਜ਼ ਭਾਰਤ ਪਹੁੰਚਣ ਦੀ ਸੰਭਾਵਨਾ ਹੈ। ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪੰਪੋਰ ਇਲਾਕੇ ਵਿੱਚ ਆਤਵਾਦੀਆਂ ਨੇ CRPF ਦੀ ਇੱਕ ਪਾਰਟੀ ਤੇ ਹਮਲਾ ਕੀਤਾ ਜਿਸ ਵਿੱਚ ਦੋ ਜਵਾਨ ਸ਼ਹੀਦ ਹੋ ਗਏ ਅਤੇ ਤਿੰਨ ਹੋਰ ਜ਼ਖਮੀ ਹੋਏ ਨੇ। ਸਰਕਾਰੀ ਸੂਤਰਾਂ ਅਨੁਸਾਰ ਆਤਵਾਦੀਆਂ ਨੇ ਪੰਪੋਰ ਦੇ ਕੰਡੀਜ਼ਾਲ ਪੁਲ ਤੇ ਸੀਆਰਪੀਐਫ ਦੀ ਗਸ਼ਤ ਪਾਰਟੀ ਤੇ ਅੰਨੇਵਾ ਫਾਇਰਿੰਗ ਕੀਤੀ ਅਤੇ ਸੁਰੱਖਿਆ ਬਲਾਂ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ। ਦੋਵੇਂ ਪਾਸਿਓਂ ਹੋਈ ਫਾਇਰਿੰਗ ਵਿੱਚ ਸੀਆਰਪੀਐਫ ਦੇ 5 ਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਬਾਅਦ ਵਿੱਚ 2 ਜਵਾਨਾਂ ਦੀ ਮੌਤ ਹੋ ਗਈ। 3 ਜ਼ਖਮੀ ਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਕੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਦੇਸ਼ ਵਿੱਚ ਕੋਵਿਡ-19 ਤੋਂ ਸਿਹਤਯਾਬ ਹੋਣ ਵਾਲਿਆਂ ਦੀ ਦਰ 84.34% ਹੋ ਗਈ ਹੈ। ਬੀਤੇ ਦਿਨ ਦੇਸ਼ ਭਾਰਤ ਵਿੱਚ 76737 ਕਰੋਨਾ ਮਰੀਜ਼ਾਂ ਨੂੰ ਸਿਹਤਯਾਬ ਐਲਾਨਿਆ ਗਿਆ। ਕੇਂਦਰੀ ਸਿਹਤ ਮੰਤਰਾਲਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਦੇਸ਼ ਭਾਰਤ ਵਿੱਚ ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 5586703 ਹੋ ਚੁੱਕੀ ਹੈ। ਬੁਲਾਰੇ ਨੇ ਕਿਹਾ ਕਿ ਸਿਹਤਯਾਬ ਹੋਣ ਵਾਲਿਆਂ ਦੀ ਦਰ ਵਿੱਚ ਹੋ ਰੇ ਲਗਾਤਾਰ ਸੁਧਾਰ ਨਾਲ ਦੇਸ਼ ਵਿੱਚ ਐਕਟਿਵ ਕੇਸਾਂ ਦੀ ਦਰ ਕੁੱਲ ਕਰੋਨਾ ਦੀ ਪੋਸ਼ਟੀ ਵਾਲੇ ਮਾਮਲਿਆਂ ਦੇ ਮੁਕਾਬਲੇ ਘਟ ਕੇ ਸਿਰਫ 14.1% ਰਹਿ ਗਈ ਹੈ। ਸਿਹਤ ਮੰਤਰਾਲਾ ਵੱਲੋਂ ਦੇਸ਼ ਭਰ ਵਿੱਚ ਟੈਸਟ, ਟਰੈਕ ਤੇ ਟ੍ਰੀਟ ਦੇ ਸਿਧਾਂਤ ਤੇ ਕੀਤੇ ਜਾ ਰਹੇ ਉਪਰਾਲਿਆਂ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਦਰ ਵਧੀ ਹੈ ਤੇ ਮੌਤ ਦਰ ਘਟੀ ਹੈ। ਭਾਰਤ ਵਿੱਚ ਇਸ ਵੇਲੇ ਕਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਦਰ 1.55% ਰਹਿ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਮਹਾਮਾਰੀ ਨਾਲ 903 ਮੌਤਾਂ ਹੋਈਆਂ ਨੇ। ਜਿਸ ਨਾਲ ਦੇਸ਼ ਵਿੱਚ ਮਰਨ ਵਾਲਿਆਂ ਦੀ કુલ ਗਿਣਤੀ 12685 ਹੋ ਗਈ ਹੈ। ਦੇਸ਼ ਵਿੱਚ ਇਸ ਵੇਲੇ કુલ ਕੋਰੋਨਾ ਐਕਟਿਵ ਮਾਮਲੇ 934427 ਨੇ ਉਂਝ ਹੁਣ ਤੱਕ ਦੇਸ਼ ਵਿੱਚ કુલ 6823815 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਦੂਜੇ ਪਾਸੇ ICMR ਦੇ ਇੱਕ ਬੁਲਾਰੇ ਨੇ ਨਵੀਂ ਦਿੱਲੀ ਵਿੱਚ ਦੱਸਿਆ ਕਿ ਦੇਸ਼ ਵਿੱਚ 4 ਅਕਤੂਬਰ ਤੱਕ 7 ਕਰੋੜ 9982394 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 999860 ਨਮੂਨਿਆਂ ਦੀ ਜਾਂਚ ਬੀਤੇ ਇੱਕ ਦਿਨ ਵਿੱਚ ਕੀਤੀ ਗਈ ਕੋਵਿਡ ਦੀ ਮਹਾਮਾਰੀ ਦਾ ਪਰ ਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ ਪੂਰੇ ਵਿਸ਼ਵ ਵਿੱਚ ਕਰੋਨਾ ਦੀ ਵੈਕਸੀਨ ਦੇ ਪ੍ਰਯੋਗ ਜਾਰੀ ਨੇ ਅਜਿਹੇ ਮਾਹੌਲ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਮਾਸਕ ਲਗਾਉਣਾ ਇੱਕੋ ਇੱਕ ਸਮਾਜਿਕ ਵੈਕਸੀਨ ਹੈ ਡੀਡੀ ਨਿਊਜ਼ ਵੱਲੋਂ ਅੱਜ ਤੋਂ ਮਾਸਕ ਅਪ ਇੰਡੀਆ ਮਹਿੰਮ ਸ਼ੁਰੂ ਕੀਤੀ ਗਈ ਹੈ ਪੇਸ਼ ਹੈ ਇੱਕ ਰਿਪੋਰਟ ਵਿਸ਼ਵ ਮਹਾਮਾਰੀ ਕੋਵਿਡ 19 ਜਿਸ ਦਾ ਕਹਿਰ ਸਮੁੱਚੀ ਮਨੁੱਖੀ ਜਾਤੀ ਨੂੰ ਆਪਣੇ ਕਲਾਵੇ ਵਿੱਚ ਲੈ ਚੁੱਕਿਆ ਹੈ ਅਤੇ ਟੀਕਾ ਜਾਂ ਦਵਾਈ ਉਪਲਬਧ ਹੋਣ ਤੱਕ ਕਰੋਨਾ ਮਹਾਮਾਰੀ ਖਿਲਾਫ ਮਨੁੱਖਤਾ ਦੀ جنگ ਜਾਰੀ ਹੈ ਅਜਿਹੇ ਸਮੇਂ ਸਭ ਤੋਂ ਜ਼ਰੂਰੀ ਹੈ ਸਾਵਧਾਨੀ ਅਤੇ ਬਚਾਅ ਫੇਸ ਮਾਸਕ ਕਰੋਨਾ ਤੋਂ ਰੋਕਥਾਮ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਸਾਬਤ ਹੋਇਆ ਹੈ ਵਿਸ਼ਵ ਸਿਹਤ ਸੰਗਠਨ ਅਤੇ ਮਹਾਰਾਂ ਦੀ ਖੋਜ ਦਾ ਵੀ ਇਹ ਨਤੀਜਾ ਹੈ ਕਿ ਮਾਸਕ ਨਾਲ ਮੂੰਹ ਅਤੇ ਨੱਕ ਨੂੰ ਚੰਗੀ ਤਰ੍ਹਾਂ ਢੱਕ ਕੇ ਕਰੋਨਾ ਲਾਗ ਨੂੰ ਘਟਕੀਤਾ ਜਾ ਸਕਦਾ ਹੈ ਬਿਨਾ ਮਾਸਕ या फेस कवर के घर से बाहर निकलने की अभी कल्पना करना भी सही नहीं है ये जितना खुद उस व्यक्ति के लिए खतरनाक है उतना ही उसके आसपास के लोगों के लिए भी कोरोना तो बचा बचाव लास्क ही, ये भी जरूरी है कि मास्क न सही तरीके नाल पाया जाए ਬਹੁਤ ਲੋਕ ਮਾਸਕ ਨਾਲ ਨੱਕ ਅਤੇ ਮੂੰਹ ਨੂੰ ਸਹੀ ਢੰਗ ਨਾਲ ਨਹੀਂ ਟਕਦੇ ਜਿਸ ਨਾਲ ਲਾਗ ਦਾ ਖਤਰਾ ਬਣਿਆ ਰਹਿੰਦਾ ਹੈ ਤੁਸੀਂ ਵੀ ਡੀਡੀ ਨਿਊਜ਼ ਦੀ ਖਾਸ ਮੁਹਿੰਮ ਮਾਸਕ ਅਪ ਇੰਡੀਆ ਨਾਲ ਜੁੜੋ ਮਾਸਕ ਪਾਓ ਅਤੇ ਆਪਣੇ ਮੂੰਹ ਅਤੇ ਨੱਕ ਨੂੰ ਚੰਗੀ ਤਰ੍ਹਾਂ ਢਕੋ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਨੂੰ ਮਾਸਕ ਪਾਉਣ ਲਈ ਕਹੋ ਕਰੋਨਾ ਨੂੰ ਹਰਾਉਣਾ ਹੈ ਮਾਸਕ ਜ਼ਰੂਰ ਲਗਾਉਣਾ ਹੈ ਮਾਸਕ ਅਪ ਇੰਡੀਆ ਮਾਸਕ ਅਪ ਇੰਡੀਆ ਮਾਸਕ ਅਪ ਇੰਡੀਆ ਮਾਸਕ ਅਪ ਇੰਡੀਆ ਪੰਜਾਬ ਪਾਜਪਾ ਨੇ ਵੱਖ-ਵੱਖ ਕਿਸਾਨ ਸੰਗਠਨਾ ਨਾਲ ਗੱਲਬਾਤ ਕਰਕੇ ਉਹਨਾਂ ਦਾ ਪੱਖ ਜਾਣਨ ਅਤੇ ਕੇਂਦਰ ਸਰਕਾਰ ਦਾ ਪੱਖ ਕਿਸਾਨਾਂ ਸਾਹਮਣੇ ਰੱਖਣ ਲਈ ਕਿਸਾਨ ਤਾਲਮੇਲ ਕਮੇਟੀ ਅਤੇ ਆੜਤੀਆ ਤਾਲਮੇਲ ਕਮੇਟੀ ਦਾ ਗਠਨ ਕੀਤਾ ਹੈ ਇਹ ਕਮੇਟੀਆਂ ਸੂਬੇ ਪਾਰ ਵਿੱਚ ਕਿਸਾਨ ਅਤੇ ਆੜਤੀ ਸੰਗਠਨਾ ਨਾਲ ਮਿਲ ਕੇ ਉਹਨਾਂ ਦਾ ਵਿਚਾਰ ਤੇ ਸੁਝਾਅ ਸੁਣੇਗੀ ਤੇ 10 ਦਿਨਾਂ ਵਿੱਚ ਆਪਣੀ ਰਿਪੋਰਟ ਪਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸੌਂਪੇਗੀ ਇਸ ਗੱਲ ਦਾ ਖੁਲਾਸਾ ਕੇਂਦਰੀ ਮੰਤਰੀ ਸੋਮਪrakash ਨੇ ਅੱਜ ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਸੋਮਪrakash ਨੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਤੇ ਕਿਸਾਨ ਸੰਗਠਨਾ ਦੇ ਨੇਤਾਵਾਂ ਨੂੰ ਕਿਹਾ ਕਿ ਖੇਤੀ ਕਾਨੂੰਨ ਕੇਂਦਰ ਵੱਲੋਂ ਕਿਸਾਨਾਂ ਦੇ ਸ਼ਕਤੀਕਰਨ ਤੇ ਉਹਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਮਕਸਦ ਨਾਲ ਬਣਾਏ ਗਏ ਸਨ ਅਤੇ ਜੇ ਕਿਸੇ ਨੂੰ ਫਿਰ ਵੀ ਕੋਈ ਇਤਰਾਜ਼ ਹੈ ਤਾਂ ਉਹ ਪਰਦੇਸ਼ ਪਾਜਪਾ ਦੇ ਔਦੇਦਾਰਾਂ ਨਾਲ ਸੰਪਰਕ ਕਰਕੇ ਆਪਣੇ ਸਵਾਲਾਂ ਦੇ ਜਵਾਬ ਹਾਸਲ ਕਰ ਸਕਦੇ ਨੇ। ਸੋਮ ਪ੍ਰਕਾਸ਼ ਨੇ ਕਿਹਾ ਕਿ ਸ਼ੋਮਨੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਖੇਤੀ ਕਾਨੂੰਨਾਂ ਨੂੰ ਲੈ ਕੇ ਡਰਾਮਾ ਕਰ ਰਹੇ ਨੇ। ਪੰਜਾਬ 'ਚ ਜੋ ਵਾਤਾਵਰਣ ਬਣਿਆ ਹੈ ਖੇਤੀવાડી ਬਿੱਲਾਂ ਬਾਰੇ ਉਹਨਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਤੁਹਾਡੇ ਰਾਹੀਂ ਕੀ ਇਸ ਦੇ ਇਸ ਪਾਸਟ ਕਰਨ ਲਈ ਤੁਹਾਡੇ ਨਾਲ ਵਾਰਤਾ ਕਰ ਲਈ ਤੁਹਾਨੂੰ ਕੋਈ ਚਿੰਤ ਚਲਦੀ ਹੈ ਤਿੰਨ ਆਰਡੀਨੈਂਸ ਜਾਰੀ ਹੋਏ ਸੀ ਜਿਹੜੇ ਬਾਅਦ ਵਿੱਚ ਪਾਰਲੀਮੈਂਟ ਚ ਐਕਟ ਦਾ ਰੂਪ ਧਾਰਨ ਕਰ ਚੁੱਕੇ ਨੇ ਔਰ ਪਾਸ ਹੋ ਚੁੱਕੇ ਨੇ ਇਹਨਾਂ ਦੇ ਜਦੋਂ ਆਰਡੀਨੈਂਸ ਹੋਏ ਸੀ ਕਾਫੀ ਪ੍ਰतिकਰਮ ਕਿਸਾਨ ਯੂਨੀਅਨਜ਼ ਵੱਲੋਂ ਤੇ ਕਿਸਾਨਾਂ ਵੱਲੋਂ ਹੋਇਆ ਉਹਨਾਂ ਨੂੰ ਕਈ ਵਲੇਖੇ ਏਸੀ ਕੇ ਸਾਡਾ ਮਿਨੀਮਮ ਸਪੋਰਟ ਪ੍ਰਾਈਸ ਬੇ ਤੌਰ ਤੇ ਏਸੀ ਵੇ ਮਿਨੀਮਮ ਸਪੋਰਟ ਪ੍ਰਾਈਸ ਸਰਕਾਰ ਖਤਮ ਕਰ ਦੇਦੀ ਹੈ। ਔਰ ਕੇ ਜੀ ਜੋਰ ਦੇ ਵਾਰਤਾਲਾਪ ਹੋਣਦੇ ਆ ਗੱਲਾਂ ਬਾਤਾਂ ਹੁੰਦੀਆਂ ਕਿ ਮੰਡੀ ਬੋਰਡ ਖਤਮ ਕਰ ਦਿੱਤਾ ਜਾਏਗਾ। ਏ ਵੀ ਇਹਨਾਂ ਨੇ ਕਿਹਾ ਵੀ ਰੂਰਲ ਡਿਵੈਲਪਮੈਂਟ ਦਾ ਕੰਮ ਰੁਕ ਜਾਏਗਾ। ਔਰ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਉਹ ਵੱਡੇ ਵੱਡੇ ਘਰਾਣੇ ਆ ਕੇ ਲੈ ਲੈਣਗੇ। ਔਰ ਉਹਨਾਂ ਦੇ ਲੋਨ ਲੈ ਲੈਣਗੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ। ਪਰਦੇਸ਼ ਪਾਜਵਾ ਪਰਦਾਨ ਆਸ਼ਵਨੀ ਸ਼ਰਮਾ ਨੇ ਕਾਂਗਰਸ ਪਾਰਟੀ ਤੇ ਪਾਜਪਾ ਦੇ ਦਫਤਰਾਂ ਵਿੱਚ ਜਾ ਕੇ ਹਿੰਸਾ ਕਰਨ ਦਾ ਇਲਜ਼ਾਮ ਲਗਾਇਆ ਉਹਨਾਂ ਕਾਂਗਰਸ ਪਾਰਟੀ ਨੂੰ ਚੇਤਾਵਨੀ ਦਿੱਤੀ ਕਿ ਉਹ ਖੇਤੀ ਕਾਨੂੰਨਾਂ ਤੇ ਸਿਆਸਤ ਕਰਕੇ ਸੂਬੇ ਦਾ ਮਾਹੌਲ ਖਰਾਬ ਨਾ ਕਰੇ ਤੇ ਇਸ ਨਾਲ ਹੀ ਖਬਰਾਂ ਦਾ ਇਹ ਬਲਟਨ ਖਤਮ ਹੁੰਦਾ ਹੈ ਆ ਗਿਆ ਦਿਓ ਨਮਸਕਾਰ